ਅੱਜ ਅਸੀਂ ਸਾਰੇ ਗੁਰੂ ਨਾਨਕ ਅਨਾਥ ਆਸ਼ਰਮ ਬਡਿਆਣਾ ਵਿੱਚ ਇਕੱਠੇ ਹੋਏ ਹਾਂ। ਇਸ ਆਸ਼ਰਮ ਦੀ ਸੇਵਾ ਔਰ ਇਸ ਆਸ਼ਰਮ ਦੇ ਸਾਰੇ ਪ੍ਰੋਗਰਾਮਸ ਨੂੰ ਦੇਖਦਿਆਂ ਹੋਇਆਂ ਸਾਡੇ ਵੱਡੇ ਵੀਰ ਸਰਦਾਰ ਸੁਰਿੰਦਰ ਸਿੰਘ ਜੀ ਨਿੱਜਰ UK ਵਾਲੇ, ਉਹਨਾਂ ਨੇ ਇਸ ਆਸ਼ਰਮ ਨੂੰ ਇੱਕ ਐਂਬੂਲੈਂਸ ਭੇਂਟ ਕੀਤੀ ਹੈ। ਅੱਜ ਉਸ ਦੀਆਂ ਚਾਬੀਆਂ ਦੇਣ ਵਾਸਤੇ ਅਸੀਂ ਸਾਰੇ ਇੱਥੇ ਇਕੱਠੇ ਹੋ ਕੇ ਆਏ ਹਾਂ। ਇਸ ਆਸ਼ਰਮ ਦੇ ਵਿੱਚ ਮਨੁੱਖਤਾ ਦੀ ਸੇਵਾ ਵਿੱਚ ਜਿਸ ਤਰੀਕੇ ਨਾਲ, ਜਿਸ ਸ਼ਿੱਦਤ ਨਾਲ ਸਾਰੇ ਪ੍ਰੋਗਰਾਮ ਚੱਲ ਰਹੇ ਨੇ, ਉਹਨੂੰ ਦੇਖਦੇ ਹੋਇਆਂ ਇੱਕ ਛੋਟਾ ਜਿਹਾ ਯੋਗਦਾਨ ਸਰਦਾਰ ਸੁਰਿੰਦਰ ਸਿੰਘ ਨਿੱਜਰ ਜੀ ਵੱਲੋਂ ਆਪਣੀ ਨੇਕ ਕਮਾਈ 'ਚੋਂ ਦਿੱਤਾ ਗਿਆ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਇਸ ਐਂਬੂਲੈਂਸ ਦੇ ਨਾਲ ਜਿਹੜੀ ਕਿ ਇਹਨਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਆਸ਼ਰਮ ਵਾਲਿਆਂ ਨੂੰ ਆ ਰਹੀਆਂ ਸੀਗੀਆਂ, ਉਹ ਪਰੇਸ਼ਾਨੀਆਂ ਹੁਣ ਦੂਰ ਹੋ ਜਾਣਗੀਆਂ। ਕਿਉਂਕਿ ਇੱਥੋਂ ਪਤਾ ਚੱਲਿਆ ਸੀ ਕਿ ਹਸਪਤਾਲ ਬਹੁਤ ਦੂਰ ਹੈ ਔਰ ਜੇ ਰਾਤ ਵੇਲੇ ਕੋਈ ਪ੍ਰੋਬਲਮ ਆ ਜਾਵੇ ਜਾਂ ਕਿਸੇ ਬੱਚੇ ਨੂੰ ਜਾਂ ਕਿਸੇ ਪੇਸ਼ੈਂਟ ਨੂੰ, ਤਾਂ ਉਹਨੂੰ ਹਸਪਤਾਲ ਲਿਜਾਣ ਵਾਸਤੇ ਕੋਈ ਸਾਧਨ ਨਹੀਂ ਸੀ। ਇਸ ਸਾਧਨ ਨੂੰ ਸਾਡੇ ਵੱਡੇ ਵੀਰ ਸਰਦਾਰ ਸੁਰਿੰਦਰ ਸਿੰਘ ਜੀ ਨਿੱਜਰ ਨੇ ਅੱਜ ਪੂਰਾ ਕੀਤਾ ਔਰ ਮੈਂ ਉਮੀਦ ਕਰਦਾ ਕਿ ਇਸ ਸਾਧਨ ਦੇ ਆਉਣ ਨਾਲ ਗੁਰੂ ਨਾਨਕ ਅਨਾਥ ਆਸ਼ਰਮ ਬਡਿਆਣਾ ਵਿੱਚ ਜਿਹੜੀ ਟਰਾਂਸਪੋਰਟੇਸ਼ਨ ਦੀ ਪ੍ਰੋਬਲਮ ਸੀ ਉਹ ਹੁਣ ਖਤਮ ਹੋ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਨਾਥ ਆਸ਼ਰਮ ਚੈਰੀਟੇਬਲ ਸੁਸਾਇਟੀ ਕਪੂਰ ਪਿੰਡ ਬਡਿਆਣਾ ਜਿੱਥੇ ਚੱਲ ਰਿਹਾ ਹੈ, ਉੱਥੇ ਕਿ ਅੱਜ ਐਂਬੂਲੈਂਸ ਜਿਨ੍ਹਾਂ ਮਰੀਜ਼ਾਂ ਵਾਸਤੇ ਸੁਰਿੰਦਰ ਸਿੰਘ ਨਿੱਜਰ UK ਤੋਂ ਉਹਨਾਂ ਨੇ ਦਾਨ ਭੇਟ ਕੀਤੀ ਹੋਈ ਹੈ। ਅਤੇ ਇਹਨਾਂ ਮਰੀਜ਼ਾਂ ਵਾਸਤੇ ਸਾਨੂੰ ਬੜੀ ਮੁਸ਼ਕਲਾਂ ਹੁੰਦੀਆਂ ਸੀਗੀਆਂ ਆਉਣ ਜਾਣ 'ਤੇ। ਔਰ ਪਵਨ ਟੀਨੋ ਜੀ ਸਾਡੇ ਆਦਮਪੁਰ ਤੋਂ ਵਿਧਾਇਕ, ਉਹਨਾਂ ਦਾ ਵੀ ਅਸੀਂ ਸਾਰੇ ਜਿੰਨੇ ਵੀ ਉਹਨਾਂ ਦੇ ਆਏ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਹੈਲਪ ਕੀਤੀ ਕਿ ਜਿਹੜੇ ਗੁਰੂ ਨਾਨਕ ਨਾਥ ਆਸ਼ਰਮ ਦੇ ਮਰੀਜ਼ਾਂ ਵਾਸਤੇ ਸਮੇਂ ਸਮੇਂ ਸਿਰ ਸਾਨੂੰ ਆਉਣ ਦੀ ਮੁਸ਼ਕਲਾਂ ਹੁੰਦੀਆਂ ਸੀਗੀਆਂ ਕਿ ਅਸੀਂ ਉਹਨਾਂ ਨੂੰ ਸਮੇਂ 'ਤੇ ਲਿਜਾ ਕੇ ਟ੍ਰੀਟਮੈਂਟ ਕੀਤਾ ਜਾਵੇ, ਇਲਾਜ ਕੀਤਾ ਜਾਵੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ।